ਫਗਵਾੜਾ ਵਿਖੇ ਸ਼੍ਰੀ ਨੀਲਕੰਠ ਮੰਦਰ ਅੱਟਾ ਨੂੰ ਲੈ ਕੇ ਇੱਕ ਵਾਰ ਫਿਰ ਦੋ ਧਿਰਾਂ ਵਿਚਕਾਰ ਲੜਾਈ ਝਗੜਾ ਹੋ ਗਿਆ। ਇਸ ਲੜਾਈ ਝਗੜੇ ਤੋਂ ਬਾਅਦ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਹਸਪਤਾਲ ਵਿੱਚ ਦਾਖਲ ਹੋਣ ਗਈਆਂ ਦੋਨੇ ਧਿਰਾਂ ਦੇ ਹਮਾਇਤੀ ਆਪਸ ਵਿੱਚ ਲੜ ਪਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਵਿੱਚ ਜਰੇ ਇਲਾਜ ਪਹਿਲੀ ਧਿਰ ਦੇ ਅਸ਼ਵਨੀ ਕੁਮਾਰ ਆਸ਼ੂ ਨੇ ਦੱਸਿਆ ਕਿ ਸਵੇਰੇ 9:30 ਦੇ ਕਰੀਬ ਨਿਤਿਨ ਕੁਮਾਰ ਅੱਬੀ ਮੰਦਿਰ ਵਿੱਚ ਆਇਆ, ਜਿਸ ਨੇ ਪੁਜਾਰੀ ਨੂੰ ਮੰਦਿਰ ਛੱਡ ਕੇ ਜਾਣ ਲਈ ਕਿਹਾ ਅਤੇ ਮੰਦਿਰ ਦਾ ਸਾਰਾ ਸਮਾਨ ਖਿਲਾਰ ਦਿੱਤਾ, ਜਿਸ ਦੀ ਸ਼ਿਕਾਇਤ ਉਸਨੇ ਥਾਣਾ ਗੁਰਾਇਆਂ ਵਿੱਚ ਕੀਤੀ। ਇਸ ਤੋਂ ਬਾਅਦ ਜਦ ਉਹ 1:30 ਦੇ ਕਰੀਬ ਮੁੜ ਤੋਂ ਮੰਦਿਰ ਵਿੱਚ ਗਿਆ ਤਾਂ ਉੱਥੇ ਨਿਤਿਨ ਕੁਮਾਰ ਅੱਬੀ ਅਤੇ ਉਸ ਦੇ ਨਾਲ ਆਏ ਕੁਝ ਵਿਅਕਤੀਆਂ ਨੇ ਉਸ ਤੇ ਹਮਲਾ ਕਰਕੇ ਉਸ ਨਾਲ ਕੁੱਟਮਾਰ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਅਸ਼ਵਨੀ ਨੇ ਆਰੋਪ ਲਗਾਇਆ ਕਿ ਨਿਤਿਨ ਕੁਮਾਰ ਅੱਬੀ ਮੰਦਿਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਅਸ਼ਵਨੀ ਕੁਮਾਰ ਅਸੀਂ ਭਗਵਾਨ ਸ਼੍ਰੀ ਮੰਦਿਰ ਦਾ ਉਦਘਾਟਨ ਚਾਹੁੰਦਾ ਕਿ ਜੇਕਰ ਨਿਕਟ ਬਾਰੇ ਮੰਦਿਰ ਦਾ ਸਾਡੇ ਸਵੇਰੇ ਮੰਦਿਰ ਵਿੱਚ 9:30 ਜਦੋਂ 9:30 ਨਿਤਿਨ ਕੁਮਾਰ ਅੱਬੀ ਆ ਕੇ ਉਹਨੇ ਪਹਿਲਾਂ ਤਾਂ ਸਾਡੇ ਪੰਡਿਤ ਨੂੰ ਗੱਲ ਗੋਚ ਕੀਤੀ, ਉਹਨੂੰ ਕਹਿੰਦਾ ਕਿ ਮੰਦਿਰ ਛੱਡ ਕੇ ਭੱਜ ਗਿਆ, ਨਹੀਂ ਤਾਂ ਅਸੀਂ ਦੂਜੇ ਪੰਡਿਤ ਭਜਾਏ ਉਦਾਂ ਭਜਾਵਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨੇ ਸਾਡੇ ਮੰਦਿਰ ਦਾ ਸਾਰਾ ਸਮਾਨ ਖਿਲਾਰਾ। ਮੈਂ ਪ੍ਰੈਸ ਨੂੰ ਫੋਨ ਕੀਤਾ, ਪ੍ਰਸ਼ਾਸਨ ਨੂੰ ਕੀਤਾ ਕਿ ਉੱਥੇ ਜਾ ਕੇ ਮੈਂ ਥਾਣੇ ਦਿਖਾ ਦਿੱਤੀ ਅਤੇ ਮੁਲਾਜ਼ਮ ਆਏ, ਉਹਨਾਂ ਨੇ ਆ ਕੇ ਦੇਖਿਆ ਆਪਣਾ ਸਾਰਾ ਕੁਛ ਦੇਖ ਕੇ। ਮੈਂ ਤਕਰੀਬਨ 1:30 ਆਪਣੀ ਮੰਦਿਰ ਮੈਂ ਗਾਂ ਨੂੰ ਰੋਜ਼ ਪਾਣੀ ਪਿਲਾਉਣ ਚੱਲਣਾ 1:30। ਇਹਦੇ ਤਿੰਨ ਬੰਦੇ ਆਏ, ਨਿਤਿਨ ਸਿੰਘ ਦੋ ਮੁੰਡੇ ਹੋਰ ਸੀਗੇ ਨਾਲ, ਮੂੰਹ ਲਪੇਟੇ ਹੋਏ ਸੀ ਉਹਨਾਂ ਨੇ। ਇਹਨਾਂ ਨੇ ਆ ਕੇ ਤਿੰਨਾਂ ਨੇ ਮੰਦਿਰ ਦੇ ਅੰਦਰ ਐਂਟਰ ਹੋ ਕੇ ਮੇਰੇ 'ਤੇ ਹਮਲਾ ਕਰਤਾ, ਮੈਨੂੰ ਕੁੱਟਮਾਰ ਕੀਤੀ, ਮੇਰੇ ਪੰਜ ਮਾਰੇ, ਮੇਰਾ ਗਲਾ ਘੁੱਟਤਾ, ਕਹਿੰਦੇ ਤੈਨੂੰ ਜਾਨੋਂ ਹੀ ਮਾਰ ਦੇਣਾ ਵਾ, ਮੇਰੇ ਨਲਾਂ 'ਚ ਸੱਟਾਂ ਮਾਰੀਆਂ, ਮੇਰਾ ਦੰਦ ਤੋੜਤਾ, ਰੌਲਾ ਹੋਈ ਮੰਦਿਰ 'ਚ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਕੋਰਟ ਕੇਸ ਚੱਲ ਰਿਹਾ? ਹਾਂਜੀ, ਕੋਰਟ ਦੇ ਵਿੱਚ ਸਟੇਅ ਮਿਲੀ ਹੋਈ ਸਾਨੂੰ 3 ਮਹੀਨੇ ਦੀ। ਦੂਜੇ ਪਾਸੇ ਹਸਪਤਾਲ ਵਿੱਚ ਦਾਖਲ ਦੂਜੀ ਧਿਰ ਦੇ ਨਿਤਿਨ ਕੁਮਾਰ ਅੱਬੀ ਨੇ ਕਿਹਾ ਕਿ ਮੰਦਿਰ ਨੂੰ ਲੈ ਕੇ ਉਹਨਾਂ ਦਾ ਕੇਸ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ, ਜਿਸ ਨੂੰ ਲੈ ਕੇ ਉਸਨੇ ਵਕੀਲ ਦੇ ਕਹਿਣ 'ਤੇ ਮੰਦਿਰ ਦੀ ਵੀਡੀਓ ਬਣਾਈ ਸੀ। ਉਸਨੇ ਦੱਸਿਆ ਕਿ ਦੁਪਹਿਰ ਸਮੇਂ ਜਦ ਉਹ ਆਪਣੀ ਦੁਕਾਨ ਤੋਂ ਆਪਣੇ ਘਰ ਪਿੰਡ ਅੱਟਾ ਵਿਖੇ ਰੋਟੀ ਖਾਣ ਲਈ ਗਿਆ ਤਾਂ ਅਸ਼ਵਨੀ ਕੁਮਾਰ ਆਸ਼ੂ ਅਤੇ ਉਸਦੇ ਕੁਝ ਸਾਥੀਆਂ ਨੇ ਉਸਨੂੰ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ। ਉਸਦਾ ਕਹਿਣਾ ਹੈ ਕਿ ਇਹ ਸਭ ਉਸਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਆਏ ਸਨ ਅਤੇ ਉਸਨੇ ਭੱਜ ਕੇ ਆਪਣੀ ਜਾਨ ਬਚਾਈ। ਇਹ ਭਾਅ ਜੀ ਕੁਛ ਨਹੀਂ, ਮਸਲਾ ਇਹ ਮੰਦਿਰ ਦਾ ਮਸਲਾ ਸੀ। ਪਹਿਲਾਂ ਵੀ ਇਹਨਾਂ ਨੇ ਅਪ੍ਰੈਲ ਮਹੀਨੇ ਦੀ ਮੈਂ ਦਰਖਾਸਤ ਦਿੱਤੀ, ਇਹਨਾਂ ਨੇ ਮੈਨੂੰ ਘੇਰ ਕੇ ਪਹਿਲਾਂ ਵੀ ਰਿਵੋਲਵਰ ਦੀਆਂ ਧਮਕੀਆਂ ਦਿੱਤੀਆਂ ਸੀ ਇਹਨਾਂ ਦੇ ਨਾਲ, ਉਹ ਚਲੋ ਥਾਣੇ ਗੱਲ ਹੋ ਚੁੱਕੀ ਸੀਗੀ। ਅੱਜ ਮੰਦਿਰ ਮੇਰਾ ਸਾਡਾ ਕੇਸ ਚੱਲਦਾ ਮੰਦਿਰ ਦੇ ਉੱਤੇ, ਮੈਨੂੰ ਮੇਰੇ ਵਕੀਲ ਨੇ ਮੰਗਿਆ ਸੀਗਾ ਵੀ ਵੀਡੀਓ ਬਣਾ ਕੇ ਭੇਜਿਓ, ਮੈਂ ਵੀਡੀਓ ਬਣਾਉਣ ਲੱਗ ਪਿਆ ਅਤੇ ਵੀਡੀਓ ਬਣਾ ਕੇ ਮੈਂ ਚਲਾ ਗਿਆ। ਮੈਨੂੰ ਬਲਵੰਤ ਜੀ ਦਾ ਫੋਨ ਆਇਆ ਵੀ ਤੁਸੀਂ ਇੱਥੇ ਮੰਦਿਰ ਦੇ ਵਿੱਚ ਕੁਝ ਖਿਲਾਰ ਕੇ ਗਏ, ਮੈਂ ਕਿਹਾ ਭਾਈ ਮੈਂ ਤਾਂ ਕੁਛ ਖਿਲਾਰ ਕੇ ਨਹੀਂ ਗਿਆ ਹੈਗਾ, ਮੈਂ ਥਾਣੇ 'ਚ ਆਇਆ। ਕਹਿੰਦੇ ਚਲੋ ਕੋਈ ਨਹੀਂ, ਆਪਾਂ ਮੌਕਾ ਦੇਖਾਂਗੇ, ਰਾਜ਼ੀਨਾਮਾ ਜੋ ਵੀ ਲੱਲਾ ਫਿਕਰ ਕਰ ਲਵਾਂਗੇ। ਲੇਕਿਨ ਚਲੋ ਮੈਂ 1:30 ਵਜੇ ਜਦੋਂ ਮੈਂ ਆਪਣੀ ਦੁਕਾਨ ਤੋਂ ਆਇਆ, ਮੈਂ ਰੋਟੀ ਖਾਣ ਲਈ 2:15 ਵਜੇ ਦਾ ਟਾਈਮ ਹੋਣਾ, ਮੈਂ ਆਪਣੇ ਘਰੋਂ ਨਿਕਲਿਆ ਤਾਂ ਮੂਹਰੇ ਆਸ਼ੂ ਪੰਡਾ ਅਤੇ 2-4 ਜਣੇ ਨਾਲ ਹੋਰ ਵੀ ਸੀਗੇ, ਇਹਨੇ ਮੇਰਾ ਆਸ਼ੂ ਨੇ ਮੂਹਰੇ ਸਕੂਟਰੀ ਦੇ ਮੂਹਰੇ ਖੜ੍ਹਾ ਹੋ ਗਿਆ, ਸਕੂਟਰੀ ਮੂਹਰੇ ਖੜ੍ਹਾ ਹੋ ਗਿਆ। ਮੈਂ ਕਿਹਾ ਭਾਅ ਜੀ ਮੇਰੀ ਗੱਲ ਸੁਣੋ, ਕੀ ਗੱਲ ਆ? ਕਹਿੰਦਾ ਤੂੰ ਜੇ ਬਹੁਤ, ਤੂੰ ਆਹ ਕਰਕੇ ਗਿਆ, ਜੇ ਕਰਕੇ। ਮੈਂ ਕਿਹਾ ਮੇਰੀ ਗੱਲ ਸੁਣ ਲਓ ਵੀ ਆਪਣਾ ਕੇਸ ਚੱਲਦਾ ਪਿਆ, ਵੀ ਆਪਾਂ ਇਸ ਚੱਕਰ 'ਚ ਨਹੀਂ ਪੈਣਾ ਹੈਗਾ। ਕਹਿੰਦਾ ਨਹੀਂ, ਇਹ ਭਾਅ ਜੀ ਜਾਨੋਂ ਜਾਨ ਮਾਰਨ ਦੀ ਸੀਗੀ ਇਹਨਾਂ ਦੀ ਨੀਤ, ਕਿਉਂਕਿ ਇਹਨਾਂ ਦਾ 1:30 ਵਜੇ 2 ਵਜੇ ਉੱਥੇ ਮੰਦਿਰ ਦੇ ਮੂਹਰੇ ਦੁਪਹਿਰ ਨੂੰ ਕੰਮ ਕੀ ਖੜ੍ਹਾ ਤਾ ਮੇਰੇ ਘਰ ਦੇ ਮੂਹਰੇ, ਇਹ ਆਏ ਅਤੇ ਇਹਨੇ ਮੇਰੀ ਜ਼ੋਰ ਦੇ ਨਾਲ ਹੈ ਨਾ ਧੱਕਾ ਮਾਰਿਆ ਅਤੇ ਮੇਰੀ ਚੈਨੀ ਦੇ ਹੱਥ ਆ ਗਈ, ਚੈਨੀ ਡੈਗੀ, ਪਤਾ ਨਹੀਂ ਜੇਬ 'ਚ ਪਾ ਲਈ ਕਿਹਨੇ ਚੈਨੀ, ਚੈਨੀ ਡੈਗੀ ਅਤੇ ਮੈਂ ਡੈਗਿਆ। ਡਿੱਗਣ ਤੋਂ ਬਾਅਦ ਇਹਦੀ ਇੱਕ ਨਾ ਤਿੱਖੀ ਚੀਜ਼, ਫਿਰ ਰੋਡ ਪਤਾ ਨਹੀਂ ਕੀ ਸੀ, ਰੋਡ ਦੀ ਪੁੱਠੀ ਇਹਨੇ ਚੱਕ ਕੇ ਜਦੋਂ ਨਾ ਮੈਂ ਡਿੱਗਿਆ ਅਤੇ ਪਿੱਛੇ ਮਾਰੀਆਂ, ਅਤੇ ਜਦੋਂ ਮੈਂ ਕਿਹਾ ਭਾਅ ਜੀ ਮੇਰੀ ਗੱਲ ਸੁਣੋ, ਗੱਲ ਸੁਣੋ, ਅਤੇ ਆਹ ਚੀਜ਼ਾਂ ਦੇਖੋ ਮੇਰੇ ਮਾਰੀਆਂ ਹੋਈਆਂ, ਦਾਤ ਮਾਰੇ। ਮੈਂ ਕਿਹਾ ਭਾਅ ਜੀ ਮੇਰੀ ਗੱਲ ਸੁਣੋ, ਗੱਲ ਸੁਣੋ, ਇਹ 2-4 ਜਣੇ ਮੇਰੇ ਪਿੱਛੇ ਨੇ ਕੁੱਟਣ ਲੱਗ ਪਏ, ਮੈਂ ਬਚਾਉਣ ਲਈ ਇਹਨਾਂ ਨੇ ਮੈਂ ਆਪਣੇ ਹੱਥ ਵੀ ਮੂਹਰੇ ਕੀਤੇ ਨੇ ਦਾਤ ਮਾਰੇ, ਮੈਂ ਆਪਣੀ ਜਾਨ ਬਚਾਉਣ ਦੀ ਖਾਤਰ ਪੱਕਾ ਇਹਨਾਂ ਨੇ ਮੇਰਾ, ਅੱਜ ਇਹਨਾਂ ਨੇ ਕੁਛ ਨਾ ਕੁਛ ਮੈਨੂੰ ਇਹਨਾਂ ਨੇ ਮਾਰਨਾ ਸੀਗਾ, ਜਿਹੜੇ ਤੱਕਿਆ ਹੋਇਆ ਸੀ, ਜਿਹੜਾ 1:30-2 ਵਜੇ ਮੇਰੇ ਘਰ ਦੇ ਬਾਹਰ ਖੜ੍ਹੇ ਸੀ ਮੰਦਿਰ ਦੇ ਬਾਹਰ, ਅਤੇ ਮੈਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਮੈਂ ਸਿਵਲ ਹਸਪਤਾਲ ਆ ਕੇ ਲੰਮਾ ਪੈ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ ASI ਨੇ ਕਿਹਾ ਕਿ ਮੰਦਿਰ ਵਿੱਚ ਦੋਨੋਂ ਧਿਰਾਂ ਦੀ ਲੜਾਈ ਹੋਈ ਸੀ, ਜਿਸ ਤੋਂ ਬਾਅਦ ਇਹਨਾਂ ਦੀ ਲੜਾਈ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਵੀ ਹੋਈ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਵਜੋਂ ਕੀਤੀ ਜਾਵੇਗੀ। ਅੱਟੇ ਪਿੰਡ ਵਾਲਾ ਸੀ ਜਦੋਂ ਮੌਕੇ 'ਤੇ ਲੜਾਈ ਹੋਈ ਉਦੋਂ ਗਏ ਹਾਂ, ਜੋ ਵੀ ਉਹਨਾਂ ਦਾ ਪਹਿਲਾਂ ਕੋਰਟ ਕੇਸ ਚੱਲਦਾ ਵਾ, ਕੋਰਟ ਕੇਸ ਇਹਨਾਂ ਦਾ ਚੱਲਦਾ ਪਹਿਲਾਂ ਵੀ ਕੋਰਟ ਦੇ ਵਿੱਚ, ਉਹਨਾਂ ਨੂੰ ਦੱਸਣ ਦੇ ਮੁਤਾਬਕ ਇਹਨਾਂ ਦੇ ਦੋਨੇ ਧਿਰਾਂ ਦੇ ਉੱਥੇ ਲੜਾਈ ਹੁੰਦੀ ਸੀ, ਇੱਕ ਨਿਧਨ ਸੀ ਮੁੰਡਾ ਅਤੇ ਇੱਕ ਦੂਸਰਾ ਸੀ ਨਹੀਂ, ਅਤੇ ਉਹਦੇ ਘਰ ਵਾਲੀ ਸੀ ਦੇਖਿਆ ਜੋ
ਅਤੇ ਉੱਥੇ ਮੈਂ ਲੜਾਈ ਉਹਨਾਂ ਦੇ ਹਟਾਇਆ, ਉਹਦੇ ਸਨੀ 'ਤੇ ਸੱਟ ਲੱਗੀ ਹੋਈ ਸੀ ਦੰਦ 'ਤੇ। ਮੈਂ ਇਹਨੂੰ ਕਿਹਾ ਤੁਸੀਂ ਹਸਪਤਾਲ ਜਾਓ। ਹਸਪਤਾਲ ਜਾਣ ਤੋਂ ਮਗਰੋਂ ਨਿਧਰ ਨੂੰ ਮੈਂ ਆਪਦੇ ਘਰ ਭੇਜਤਾ। ਮੈਂ ਕਿਹਾ ਤੁਸੀਂ ਇੱਥੇ ਲੜਾਈ ਝਗੜਾ ਨਾ ਕਰੋ, ਤੁਸੀਂ ਜੋ ਡਾਕਟਰੀ ਇਲਾਜ ਪਹਿਲਾਂ ਉਹ ਕਰਾਓ। ਇਹਨਾਂ ਨੂੰ ਤੋਲ ਤਾਂ ਬਾਅਦ 'ਚ ਬੜੇ ਪਿੰਡ ਦਾਖਲ ਹੋ ਗਏ। ਅਗਲੇ ਦੀ ਫਿਰ ਇੱਥੇ ਆ ਕੇ ਹੁਣ ਫਿਰ ਜੋ ਲੜਾਈ ਹੋਣੀ ਸੀ ਮੌਕੇ 'ਤੇ ਜੋ ਕਾਰਵਾਈ ਦੇਖੀ ਜਾਏ। ਹਸਪਤਾਲ ਦੀ ਭੰਨ ਤੋੜ ਨੂੰ ਲੈ ਕੇ ਜਾਣਕਾਰੀ ਦਿੰਦਿਆਂ SMO GS ਕਈ ਨੇ ਦੱਸਿਆ ਕਿ ਪਿੰਡ ਅੱਟਾ ਤੋਂ ਲੜਾਈ ਝਗੜੇ ਦਾ ਇੱਕ ਕੇਸ ਸਿਵਲ ਹਸਪਤਾਲ ਵਿੱਚ ਆਇਆ ਸੀ, ਜਿਸ ਦੌਰਾਨ ਕੁਝ ਵਿਅਕਤੀਆਂ ਨੇ ਸਿਵਲ ਹਸਪਤਾਲ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਐਮਰਜੈਂਸੀ ਵਾਰਡ ਦੇ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ। ਇਸ ਸੰਬੰਧੀ ਉਹਨਾਂ ਲਿਖਤੀ ਸ਼ਿਕਾਇਤ ਥਾਣਾ ਗੁਰਾਇਆਂ ਵਿੱਚ ਦੇ ਦਿੱਤੀ ਹੈ। ਉਹਨਾਂ ਪੁਲਿਸ ਪਾਸੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਤਕਰੀਬਨ 2:30 ਵਜੇ ਪਿੰਡ ਅੱਟੇ ਤੋਂ ਕੁੱਟਮਾਰ ਵਾਲਾ ਇੱਕ ਮਰੀਜ਼ ਦਾਖਲ ਹੋਇਆ ਸੀਗਾ। ਉਹਦੀ ਜਿਹੜੀ ਦੂਸਰੀ ਪਾਰਟੀ ਸੀਗੀ ਉਹ ਤਕਰੀਬਨ 4 ਵਜੇ ਆ ਕੇ ਆਪਣਾ ਪਰਚਾ ਕਟਾ ਰਹੀ ਸੀਗੀ। ਉਸ ਟਾਈਮ 'ਤੇ ਤਕਰੀਬਨ 15-20 ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆ ਕੇ ਉਹਨਾਂ 'ਤੇ ਹਮਲਾ ਬੋਲਤਾ ਅਤੇ ਨਾਲ ਹੀ ਹਸਪਤਾਲ ਦੀ ਸੰਪਤੀ ਜਿਹੜੀ ਹੈਗੀ ਆ ਉਹ ਤੋਂ ਨੁਕਸਾਨ ਪਹੁੰਚਾਇਆ। ਜਿਹੜੇ ਐਮਰਜੈਂਸੀ ਦੇ ਸ਼ੀਸ਼ੇ ਹੈਗੇ ਆ ਉਹ ਉਹਨਾਂ ਨੇ ਭੰਨਤੇ ਹੈਗੇ ਆ ਅਤੇ ਨਾਲ ਉਹ ਭੰਨਣ ਦੇ ਨਾਲ ਵੀ ਇੱਕ ਜਿਹੜਾ ਹੈਗਾ ਬੰਦਾ ਉਹਨੂੰ ਵੀ ਸੱਟਾਂ ਲੱਗੀਆਂ ਹੈਗੀਆਂ। ਅਤੇ ਆਪਾਂ ਜਿਹੜੀ ਇਨਫੋਰਮੇਸ਼ਨ ਹੈਗੀ ਆ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਉਹ ਜਿਹੜੀ ਹੈਗੀ ਆ ਉੱਪਰ ਥਾਣਾ ਗੁਰਾਇਆਂ ਨੂੰ ਦੇਤੀ ਹੈਗੀ ਆ। ਨਾਲ ਹੀ ਆਪਣੇ ਸੀਨੀਅਰ ਅਧਿਕਾਰੀ ਜਲੰਧਰ ਸਿਵਲ ਸਰਜਨ ਮੈਡਮ ਨੂੰ ਉਹਨੂੰ ਵੀ ਇਨਫੋਰਮ ਕਰਤਾ ਹੈਗਾ ਕਿ ਇਸ ਤਰ੍ਹਾਂ ਉਹਨਾਂ ਨੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਹੈਗਾ। 15-20 ਮਿੰਟ ਇੱਥੇ ਕਾਫੀ ਰੌਲਾ ਗੌਲਾ ਲੱਗਿਆ ਰਿਹਾ। ਮੇਰੀ ਮੈਡੀਕਲ ਅਫਸਰ ਐਮਰਜੈਂਸੀ ਅਤੇ ਡਾਕਟਰ ਹਰਜੋਤ ਕੌਰ ਨੇ ਇੱਥੋਂ ਦੀ ਸਾਨੂੰ ਇਨਫੋਰਮ ਕੀਤਾ। ਮੈਂ ਉਸੇ ਟਾਈਮ ਇੱਥੇ ਪਹੁੰਚ ਗਿਆ ਅਤੇ 15-20 ਮਿੰਟ ਦੇ ਰੌਲੇ ਗੌਲੇ ਤੋਂ ਬਾਅਦ ਉਹ ਸਾਰੇ ਭੱਜ ਗਏ। ਪੁਲਿਸ ਗੁਰਾਇਆਂ ਵੀ ਜਿਹੜੀ ਇੱਥੇ ਪਹੁੰਚ ਗਈ ਸੀਗੀ ਤਾਂ ਤੱਕ ਉਹ ਨੁਕਸਾਨ ਕਰਕੇ ਭੱਜ ਗਏ ਸੀ। ਚਲੋ ਹਾਂਜੀ ਸਰ, ਥਾਣਾ ਗੁਰਾਇਆਂ ਨੂੰ ਆਪਾਂ ਬੇਨਤੀ ਕੀਤੀ ਹੈਗੀ ਹੈ ਆਪਣੀ ਐਪਲੀਕੇਸ਼ਨ ਦੇ ਕੇ ਕਿ ਪਹਿਚਾਣ ਕੀਤੀ ਜਾਏ ਕਿ ਕਿਹੜੇ ਲੋਕਾਂ ਨੇ ਆ ਕੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਸ਼ੀਸ਼ੇ ਪੰਨੇ ਹੈਗੇ ਆ ਉਹਨਾਂ ਦੇ ਵਿਰੁੱਧ ਜੋ ਵੀ ਬਣਦੀ ਕਾਰਵਾਈ ਹੈਗੀ ਹੈ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਉਹਨਾਂ ਵੱਲ ਕੀਤੀ ਜਾਏ ਅਤੇ ਉਹਨਾਂ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਆ ਉਹ ਦਿੱਤੀ। ਇਸ ਬਾਬਤ ਪੁਲਿਸ ਚੌਂਕੀ ਧੁਲੇਤਾ ਦੇ ਇੰਚਾਰਜ ਸੁਖਵਿੰਦਰ ਪਾਲ ਨੇ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਇੱਦਾਂ ਹੈ ਵੀ ਦੋ ਪਾਰਟੀਆਂ ਦੀ ਇੱਕ ਪਿੰਡ ਅੱਟੇ ਜਿਹੜੀ ਆ ਲੜਾਈ ਝਗੜਾ ਹੋਇਆ ਸੀ ਮੋਮੋ ਦੀ ਮੰਦਰ ਨੂੰ ਲੈ ਕੇ, ਉਹਦੇ ਸੰਬੰਧੀ ਇਹ ਇੱਥੇ ਦਾਖਲ ਹੋਈ ਸੀ। ਦੋਨੇ ਪਾਰਟੀਆਂ ਦਾਖਲ ਹੋਣ ਆਈਆਂ ਸੀ। ਇੱਕ ਪਾਰਟੀ ਜਿਹੜੀ ਉਹ ਇੱਕ ਦੂਜੇ ਨਾਲ ਮੇਰੇ ਗਾਲੀ ਗਲੋਚ ਹੋਈ ਆ ਅਤੇ ਉਹਦਾ ਇੱਕ ਸ਼ੀਸ਼ਾ ਟੁੱਟਾ ਆ ਇੱਥੋਂ ਸਿਵਲ ਹੋਸਪਿਟਲ ਦਾ, ਔਰ ਇਹਦੇ ਵਿੱਚ ਸੱਟਾਂ ਲੱਗੀਆਂ ਨੇ। ਇੱਕ ਦੂਜੇ ਜਿਹੜੀ ਵੀ ਇਨਵੈਸਟੀਗੇਸ਼ਨ ਤੱਥ ਸਾਹਮਣੇ ਆਣਗੇ ਉਸ ਸੰਬੰਧੀ ਉਹ ਕਾਨੂੰਨੀ ਕਾਰਵਾਈ ਕੀਤੀ ਹੈ। ਗੁਰਾਇਆਂ ਤੋਂ ਬਿੰਦਰ ਸੁਮਨ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।